ਮੇਰਾ ਵੇਟ ਬਹੁਤ ਜ਼ਿਆਦਾ ਸੀ, ਮੈਨੂੰ ਬਹੁਤ ਜ਼ਿਆਦੀਆਂ ਪ੍ਰੋਬਲਮਾਂ ਸੀ, ਬੀਪੀ ਵੱਧਦਾ ਸੀ, ਦਰਦਾਂ ਸੀ। ਇੱਥੇ ਆ ਕੇ ਇਹਨਾਂ ਡਾਕਟਰ ਸਾਹਿਬ ਨੂੰ ਮਿਲੇ, ਉਹਨਾਂ ਨੇ ਸਾਨੂੰ ਬਹੁਤ ਵਧੀਆ ਟ੍ਰੀਟ ਕੀਤਾ, ਬੜੇ ਸਾਡੀਆਂ ਸਾਰੀਆਂ ਗੱਲਾਂ ਸੁਣੀਆਂ, ਸਾਨੂੰ ਸਮਝਾਇਆ ਸਾਰਾ ਕੁਛ। ਸਾਰਾ ਮੇਰਾ ਬੀਪੀ ਵੀ ਠੀਕ ਹੋ ਗਿਆ, ਦਰਦਾਂ ਵੀ ਠੀਕ ਹੋ ਗਈਆਂ। 4 ਦਿਨ ਬਾਅਦ ਘਰ ਜਾ ਕੇ ਵੀ ਸਾਰਾ ਕੰਮ ਰਸੋਈ ਦਾ ਕਰ ਲਿਆ, ਕੋਈ ਪ੍ਰੋਬਲਮ ਨਹੀਂ ਆਈ ਮੈਨੂੰ। ਜੀ ਸਤਿ ਸ਼੍ਰੀ ਅਕਾਲ, ਮੇਰਾ ਨਾਮ ਕਾਂਤਾ ਰਾਣੀ, ਮੈਂ ਅੰਮ੍ਰਿਤਸਰ ਦੇ ਰਹਿਣ ਵਾਲੀ ਹਾਂ। ਮੇਰਾ ਵੇਟ ਬਹੁਤ ਜ਼ਿਆਦਾ ਸੀ, ਮੈਨੂੰ ਬਹੁਤ ਜ਼ਿਆਦੀਆਂ ਪ੍ਰੋਬਲਮਾਂ ਸੀ, ਬੀਪੀ ਵੱਧਦਾ ਸੀ, ਦਰਦਾਂ ਸੀ, ਤੁਰਿਆ ਨਹੀਂ ਜਾਂਦਾ, ਮੈਨੂੰ ਸਾਹ ਬਹੁਤ ਚੜ੍ਹਦਾ ਸੀ। ਫਿਰ ਮੈਨੂੰ ਮਤਲਬ ਕਿ ਇਹਨਾਂ ਅੰਮ੍ਰਿਤ ਸੂਦ ਡਾਕਟਰ ਬਾਰੇ ਕਿਸੇ ਨੇ ਦੱਸਿਆ, ਸਾਡੇ ਰਿਸ਼ਤੇਦਾਰਾਂ 'ਚੋਂ ਕਿਸੇ ਨੇ ਆਪਰੇਟ ਕਰਵਾਇਆ ਸੀ, ਉਹਨਾਂ ਨੇ ਕਿਹਾ ਉੱਥੇ ਜਾਓ। ਅਸੀਂ ਇੱਥੇ ਆ ਕੇ ਇਹਨਾਂ ਡਾਕਟਰ ਸਾਹਿਬ ਨੂੰ ਮਿਲੇ, ਉਹਨਾਂ ਨੇ ਸਾਨੂੰ ਬਹੁਤ ਵਧੀਆ ਟ੍ਰੀਟ ਕੀਤਾ, ਬੜੇ ਸਾਡੀਆਂ ਸਾਰੀਆਂ ਗੱਲਾਂ ਸੁਣੀਆਂ, ਸਾਨੂੰ ਸਮਝਾਇਆ ਸਾਰਾ ਕੁਛ। ਫਿਰ ਅਸੀਂ ਆਪਰੇਟ ਕਰਵਾਇਆ ਅਤੇ 15 ਦਿਨ ਬਾਅਦ ਸਾਡਾ ਫਿਰ ਆਏ ਸੀ ਟੈਸਟ ਕਰਵਾਉਣ, ਬਹੁਤ ਵਧੀਆ ਉਹਨਾਂ ਨੇ ਕੀਤਾ ਟ੍ਰੀਟ। 1 ਹਫ਼ਤੇ ਬਾਅਦ ਮੈਂ ਘਰ ਦਾ ਕੰਮ ਵੀ ਕਰਨ ਲੱਗ ਗਈ ਸੀ, ਕੋਈ ਪਰੇਸ਼ਾਨੀ ਨਹੀਂ ਆਈ ਮੈਨੂੰ, ਬਿਲਕੁਲ ਸਰੀਰ ਸੈੱਟ ਸੀ, ਕੋਈ ਦਰਦ ਨਹੀਂ, ਕੁਛ ਨਹੀਂ। ਸਾਰਾ ਮੇਰਾ ਬੀਪੀ ਵੀ ਠੀਕ ਹੋ ਗਿਆ, ਦਰਦਾਂ ਵੀ ਠੀਕ ਹੋ ਗਈਆਂ। ਇਹ ਬਹੁਤ ਵਧੀਆ ਹਸਪਤਾਲ ਹੈ, ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ ਇਹੋ ਜਿਹੀ ਮੋਟਾਪੇ ਦੀ, ਤਾਂ ਇੱਥੇ ਜ਼ਰੂਰ ਆਇਓ ਇੱਕ ਵਾਰੀ ਆ ਕੇ, ਤੁਸੀਂ ਵੇਖਿਓ ਵੀ ਬਹੁਤ ਵਧੀਆ ਇਲਾਜ ਕਰਦੇ ਆ, ਬੜੇ ਪਿਆਰ ਨਾਲ ਰੱਖਦੇ ਸਭ। ਇਹ ਆਪਰੇਸ਼ਨ ਤੋਂ ਬਾਅਦ 2 ਦਿਨ ਬਾਅਦ ਮਤਲਬ ਕਿ ਤੁਰਨ ਫਿਰਨ ਲੱਗ ਪਈ ਸੀ, ਮੈਨੂੰ ਕੋਈ ਪ੍ਰੋਬਲਮ ਨਹੀਂ ਸੀ। ਘਰ ਜਾ ਕੇ ਮੈਂ 4 ਦਿਨ ਬਾਅਦ ਘਰ ਜਾ ਕੇ ਵੀ ਸਾਰਾ ਕੰਮ ਰਸੋਈ ਦਾ ਕਰ ਲਿਆ ਸੀ, ਕੋਈ ਪ੍ਰੋਬਲਮ ਨਹੀਂ ਆਈ ਮੈਨੂੰ, ਕੋਈ ਦਰਦ ਨਹੀਂ ਹੋਈ, ਕੁਛ ਨਹੀਂ ਹੋਇਆ। ਬਹੁਤ ਵਧੀਆ ਡਾਕਟਰ ਅਮਿਤ ਸੂਦ ਦਾ ਬਹੁਤ ਬਹੁਤ ਥੈਂਕ ਯੂ। ਹੁਣ ਜਿਹੜੇ ਵੀ ਮੋਟਾਪੇ ਤੋਂ ਜਾਂ ਸ਼ੂਗਰ ਤੋਂ ਪਰੇਸ਼ਾਨ ਨੇ, ਉਹ ਮੋਗੇ ਡਾਕਟਰ ਅਮਿਤ ਸੂਦ ਨੂੰ ਆ ਕੇ ਮਿਲੋ, ਬਹੁਤ ਵਧੀਆ ਵਾ, ਇਹਨਾਂ ਦਾ ਇਹਨਾਂ ਤੋਂ ਇਲਾਜ ਕਰਵਾਓ, ਬੜੀ ਜਲਦੀ ਠੀਕ ਹੋ ਜਾਂਦੇ, ਬਹੁਤ ਵਧੀਆ ਟ੍ਰੀਟ ਕਰਦੇ ਆ।